ਜਥੇਦਾਰ ਕਰਨੈਲ ਸਿੰਘ ਪੰਜੋਲੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਥੇਦਾਰ ਸਾਹਿਬ, ਚੜ੍ਹਦੀ ਕਲਾ ਚੋ? ਚੜ੍ਹਦੀ ਕਲਾ ਜੀ, ਚੜ੍ਹਦੀ। ਹਰਪ੍ਰੀਤ ਸਿੰਘ ਮਖੂ ਬੇਨਤੀ ਕਰ ਰਿਹਾ ਜੀ। ਜੀ ਮਖਸੂ ਸਾਹਿਬ, ਹੁਕਮ। ਇੱਕ ਜਾਣਕਾਰੀ ਪੰਜੋਲੀ ਸਾਹਿਬ ਦਿਓ, ਪੰਥਕ ਸ਼ਫਾ ਦੇ ਵਿੱਚ ਬਹੁਤ ਲੰਬਾ ਸਮਾਂ ਹੋ ਗਿਆ ਤੁਹਾਨੂੰ ਵਿਚਰਦਿਆਂ। ਜੀ, ਬੰਦੀ ਸਿੰਘ ਭਾਈ ਗੁਰਦੀਪ ਸਿੰਘ ਜੀ ਖੇੜਾ ਜੀ, ਪਿਛਲੇ ਦਿਨਾਂ ਵਿੱਚ ਬਾਦਲਾਂ ਦੀ ਜਿਹੜੀ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦੇ ਉੱਪਰ ਹੋਈ ਹੈ ਕਾਨਫਰੰਸ, ਤੇ ਉਹਦੇ ਵਿੱਚ ਬੋਲੇ ਨੇ ਜੀ। ਉਹਨਾਂ ਨੇ ਜਿਸ ਤਰੀਕੇ ਬਾਦਲਾਂ ਨੂੰ ਬੜੇ ਸਹੀ ਢੰਗ ਦੇ ਨਾਲ ਪੇਸ਼ ਕੀਤਾ, ਜਾਂ ਇੰਝ ਕਹਿ ਲਈਏ ਵੀ ਸਹੀ ਸਾਬਤ ਕੀਤਾ ਆ, ਤੇ ਬਾਕੀ ਸਾਰੀਆਂ ਪੰਥਕ ਧਿਰਾਂ ਦੇ ਉੱਪਰ ਜਿਵੇਂ ਨਿਸ਼ਾਨਾ ਸਾਧਿਆ ਆ, ਉਹ ਭਾਵੇਂ ਭਾਈ ਅੰਮ੍ਰਿਤਪਾਲ ਸਿੰਘ ਹੋਣ, ਭਾਵੇਂ ਸਿਮਰਨਜੀਤ ਸਿੰਘ ਮਾਨ ਹੋਣ, ਜਾਂ ਅਦਰ ਜਿੰਨੀਆਂ ਵੀ ਨੇ, ਜੀ ਜੀ, ਕਿਵੇਂ ਦੇਖਦੇ ਹੋ? ਕਿਉਂਕਿ ਜੇ ਤੁਹਾਨੂੰ ਪਹਿਲੇ ਲੰਮੇ ਸਮੇਂ ਤੋਂ ਸੁਣਦੇ ਹਾਂ, ਤੇ ਤੁਸੀਂ ਬਾਦਲਾਂ ਦੇ ਬਹੁਤ ਕੱਚੇ ਚਿੱਠੇ ਜਿਹੜੇ ਨੇ ਜਨਤਕ ਕੀਤੇ ਨੇ, ਤੇ ਇਹਨਾਂ ਨੇ ਜਿਸ ਤਰੀਕੇ ਨਾਲ ਪੜਦਾ ਪਾਇਆ ਆ, ਮੈਂ ਚਾਹਾਂਗਾ ਵੀ ਪੂਰੀ ਜਾਣਕਾਰੀ ਸਾਨੂੰ ਮੁਹੱਈਆ ਕਰਾਓ ਵੀ ਇਹ ਮਸਲਾ ਹੋਇਆ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਮਖਸੂ ਸਾਹਿਬ, ਗੱਲ ਅਸਲ ਵਿੱਚ ਇਹ ਆ ਵੀ ਜਿੱਥੇ ਤੱਕ ਸਰਦਾਰ ਗੁਰਦੀਪ ਸਿੰਘ ਖੇੜਾ ਸਾਹਿਬ ਦਾ ਸੰਬੰਧ ਆ, ਨਿਰਸੰਦੇਹ ਉਹਦੀ ਬਹੁਤ ਵੱਡੀ ਪੰਥ ਵਿੱਚ ਕੁਰਬਾਨੀ ਆ ਜੀ। ਸਿੱਖ ਸੰਘਰਸ਼ ਦੇ ਅੰਦਰ ਉਹਨੇ ਬਹੁਤ ਲੰਮਾ ਸਮਾਂ ਕੈਦ ਕੱਟੀ ਆ ਜੀ, ਤੇ ਉਸ ਕੈਦ ਦੇ ਦਰਮਿਆਨ ਉਹਨੂੰ ਬੜੇ ਸੰਕਟਾਂ ਦਾ ਸਾਹਮਣਾ ਵੀ ਕਰਨਾ ਪਿਆ, ਉਹਦਾ ਘਰ ਵੀ ਤਬਾਹ ਹੋ ਗਿਆ, ਕੁਰਬਾਨੀ ਵੀ ਉਹਦੀ ਬਹੁਤ ਵੱਡੀ ਹੈ, ਤੇ ਅੱਜ ਜਦੋਂ ਉਹ ਰਿਹਾ ਹੋ ਚੁੱਕੇ ਨੇ ਤਾਂ ਉਹਨਾਂ ਨੂੰ ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਸੀ ਕਿ ਪੰਥਕ ਜਜ਼ਬਾਤ ਕਿਸ ਗੱਲ ਦੀ ਮੰਗ ਕਰਦੇ ਨੇ। ਅੱਜ ਜ਼ਰੂਰਤ ਇਹ ਹੈ ਸਮੁੱਚੇ ਖਾਲਸਾ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੀ ਜੀ। ਲੇਕਿਨ ਉਹ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਬਾਬਾ ਬਕਾਲਾ ਦੀ ਕਾਨਫਰੰਸ ਤੇ, ਬਾਦਲ ਅਕਾਲੀ ਦਲ ਦੀ ਕਾਨਫਰੰਸ ਤੇ ਉਹਨਾਂ ਨੇ ਬਾਦਲ ਦੀ ਤਾਰੀਫ ਕੀਤੀ ਹੈ, ਉਹਨਾਂ ਦੀ ਉਸ ਤਾਰੀਫ ਨੂੰ ਲੋਕਾਂ ਨੇ ਬਹੁਤਾ ਚੰਗਾ ਨਹੀਂ ਸਮਝਿਆ, ਕਿਉਂਕਿ ਖੇੜਾ ਸਾਹਿਬ ਨਾਲ ਤਾਂ ਖੁਦ ਵਾਪਰੀ ਹੈ। ਜੇ ਦੋ ਤਿੰਨ ਚਾਰ ਵਾਰੀ ਸਰਕਾਰ ਬਣੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜੀ, ਚਲੋ ਬਾਕੀ ਗੱਲਾਂ ਤਾਂ ਵੱਖਰੀਆਂ ਨੇ, ਖੇੜਾ ਸਾਹਿਬ ਦੇ ਘਰ ਦੀ ਹਾਲਤ ਜਿਹੜੀ ਹੈ ਉਹ ਵੀ ਮਤਲਬ ਬਹੁਤ ਵਿਗੜੀ ਹੋਈ ਹੈ, ਤੇ ਜੇ ਬਾਦਲ ਸਾਹਿਬ ਐਡੇ ਮਤਲਬ ਦੂਰ ਅੰਦੇਸ਼ ਪੰਥਕ ਆਗੂ ਸੀ ਤਾਂ ਖੇੜਾ ਸਾਹਿਬ ਦਾ ਘਰ ਜਿਹੜਾ ਮਤਲਬ ਬਿਲਕੁਲ ਤਬਾਹ ਹੋ ਗਿਆ, ਉਹਦੇ ਵੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦੀ ਨਜ਼ਰ ਕਿਉਂ ਨਹੀਂ ਗਈ ਜੀ? ਉਹਨਾਂ ਨੇ ਕਿਉਂ ਦੇਖਣ ਦਾ ਯਤਨ ਨਹੀਂ ਕਰਿਆ ਕਿ ਇੱਕ ਕੁਰਬਾਨੀ ਵਾਲਾ ਮਤਲਬ ਯੋਧਾ ਜਿਹੜਾ 35 ਸਾਲ ਚੋਂ ਜੇਲ੍ਹ ਚ ਬੰਦ ਬੈਠਾ ਹੈ ਜੀ, ਉਹਦਾ ਘਰ ਜਿਹੜਾ ਮਤਲਬ ਘੱਟੋ ਘੱਟ ਘਰ ਤਾਂ ਠੀਕ ਕੀਤਾ ਹੀ ਜਾ ਸਕਦਾ ਸੀ, ਲੇਕਿਨ ਉਹਦੇ ਘਰ ਵੱਲ ਵੀ ਨਜ਼ਰ ਮਾਰਨ ਦਾ ਯਤਨ ਨਹੀਂ ਕੀਤਾ, ਉਹਦੇ ਇਲਾਜ ਲਈ ਵੀ ਕੋਈ ਯਤਨ ਨਹੀਂ ਕੀਤਾ, ਤੇ ਉਹਦੇ ਬਾਵਜੂਦ ਵੀ ਖੇੜਾ ਸਾਹਿਬ ਵੱਲੋਂ ਉਹਨਾਂ ਦੀ ਤਾਰੀਫ ਕਰਨੀ ਲੋਕਾਂ ਨੂੰ ਹਜ਼ਮ ਨਹੀਂ ਆਈ। ਜਿਸ ਬੰਦੇ ਨੇ ਅਕਾਲੀ ਸਰਕਾਰ ਮਤਲਬ ਜਿਹੜੀ ਬਣੀ ਇਹ ਪੰਥ ਨੇ ਪੰਥਕ ਵੋਟਾਂ ਪਾ ਕੇ ਬਣਾਈ ਸੀ ਜੀ, ਲੇਕਿਨ ਬਣਾਈ ਤਾਂ ਇਸ ਕਰਕੇ ਸੀ ਕਿ ਪੰਥ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਨੇ ਉਹਨਾਂ ਦਾ ਸਰਕਾਰ ਦੇ ਜ਼ਰੀਏ ਹੱਲ ਹੋ ਸਕੇ ਜੀ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਨੇ ਹੱਲ ਕਰਨ ਦੀ ਬਜਾਏ ਵੱਡੇ ਵੱਡੇ ਗੁਨਾਹ ਕੀਤੇ ਨੇ ਜੀ। ਸਭ ਤੋਂ ਪਹਿਲਾ ਗੁਨਾਹ ਮਤਲਬ ਉਹਨਾਂ ਦਾ ਇਹ ਸੀ ਕਿ 1978 ਦੇ ਵਿੱਚ ਜਦੋਂ ਨਿਰੰਕਾਰੀ ਕਾਂਡ ਵਾਪਰਿਆ ਜੀ, ਉਦੋਂ ਵੀ ਉਹਨਾਂ ਨੇ ਨਿਰੰਕਾਰੀ ਬਾਬੇ ਦੀ ਸਰਪ੍ਰਸਤੀ ਕੀਤੀ, ਜਿਹਦਾ ਨਤੀਜਾ ਨਿਕਲਿਆ ਕਿ ਬਹੁਤ ਸਾਰੇ ਮਤਲਬ ਸਿੱਖ ਨੌਜਵਾਨਾਂ ਨੂੰ ਆਪਣਾ ਲਹੂ ਡੋਲ ਕੇ ਨਿਰੰਕਾਰੀਆਂ ਨੂੰ ਸੋਧਾ ਲਾਉਣਾ ਪਿਆ ਜੀ, ਔਰ ਸ਼ਹਾਦਤਾਂ ਦੇਣੀਆਂ ਪਈਆਂ। ਜੇ ਉਹ ਸਹੀ ਤਰੀਕੇ ਨਾਲ ਉਹਦੀ ਉਸੇ ਟਾਈਮ ਗ੍ਰਿਫਤਾਰੀ ਕਰਕੇ ਪੰਜਾਬ ਵਿੱਚ ਮੁਕੱਦਮਾ ਚਲਾਉਂਦਾ ਤੇ ਉਹਨੂੰ ਸਜ਼ਾ ਦਵਾਉਣ ਦਾ ਯਤਨ ਕਰਦਾ, ਮੈਂ ਸਮਝਦਾ ਇਹ ਘਟਨਾਵਾਂ ਵਾਪਰਨੀਆਂ ਨਹੀਂ ਸੀ।
ਔਰ ਨਿਰੰਕਾਰੀ ਕਾਂਡ ਦਾ ਹੀ ਨਤੀਜਾ ਹੈ ਕਿ ਮਤਲਬ ਦਰਬਾਰ ਸਾਹਿਬ ਦੇ ਉੱਤੇ ਮਤਲਬ ਸਮੇਂ ਦੀਆਂ ਹਕੂਮਤਾਂ ਨੇ ਹਮਲਾ ਕੀਤਾ। ਇਹ ਪ੍ਰਕਾਸ਼ ਸਿੰਘ ਬਾਦਲ ਯਤਨ ਕਰਦੇ ਤਾਂ ਮੈਂ ਸਮਝਦਾ ਉਸ ਸਮੇਂ ਹੀ ਮਤਲਬ ਇਹ ਮਸਲਾ ਹੱਲ ਹੋ ਸਕਦਾ ਸੀ। ਫਿਰ ਧਰਮ ਯੁੱਧ ਮੋਰਚਾ ਲਾਇਆ ਕਪੂਰੀ ਦੇ ਵਿੱਚ ਪਾਣੀਆਂ ਦੇ ਮਸਲੇ ਤੇ, ਅਕਾਲੀ ਦਲ ਦੀ ਸਰਕਾਰ ਬਣੀ, ਸਰਕਾਰ ਦੇ ਦਰਮਿਆਨ ਪਾਣੀਆਂ ਦਾ ਮਸਲਾ ਕਿਤੇ ਵੀ ਪੰਜਾਬ ਦੀ ਅਸੈਂਬਲੀ ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਠਾਇਆ ਨਹੀਂ ਗਿਆ ਜੀ। ਪੰਜਾਬ ਦੀ ਬੋਲਦੇ ਇਲਾਕਿਆਂ ਦਾ ਮਸਲਾ ਨਹੀਂ ਉਠਾਇਆ ਗਿਆ ਤੇ ਡੈਮਾਂ ਦਾ ਮਸਲਾ ਨਹੀਂ ਉਠਾਇਆ ਗਿਆ, ਚੰਡੀਗੜ੍ਹ ਦਾ ਮਸਲਾ ਨਹੀਂ ਉਠਾਇਆ ਗਿਆ ਤੇ ਜਿਹੜੇ ਜੋਧਪੁਰ ਦੀ ਜੇਲ੍ਹ ਵਿੱਚ ਬੰਦ ਸੀ ਉਹਨਾਂ ਦੇ ਸੰਬੰਧ ਵਿੱਚ ਵੀ ਕਦੇ ਬੰਦੀ ਸਿੰਘਾਂ ਦੀ ਰਿਹਾਈ ਲਈ, ਜੋਧਪੁਰੀਆਂ ਦੀ ਜੇਲ੍ਹ ਮਤਲਬ ਰਿਹਾਈ ਲਈ ਕੋਈ ਇੱਕ ਜਦਨ ਵੀ ਪ੍ਰਕਾਸ਼ ਸਿੰਘ ਬਾਦਲ ਜਾਂ ਉਹਦਾ ਪੁੱਤਰ ਦੱਸ ਦੇਵੇ ਜਿਹੜੇ ਉਹਨਾਂ ਨੇ ਕੀਤੇ ਹੋਣ ਜੀ। ਫਿਰ ਉਸ ਤੋਂ ਬਾਅਦ ਕਿੰਨਾ ਲੰਮਾ ਸਮਾਂ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਰਾਜ ਦੇ ਦਰਮਿਆਨ ਬੀਜੇਪੀ ਨਾਲ ਸਮਝੌਤਾ ਰਿਹਾ। ਬੀਜੇਪੀ ਤੋਂ ਇੱਕ ਵਜ਼ੀਰੀ ਤਾਂ ਲਈ ਲੇਕਿਨ ਕੋਈ ਪੰਜਾਬ ਦਾ ਇੱਕ ਪੁੱਤ ਰਿਹਾ ਨਹੀਂ ਕਰਵਾਉਣ ਦਾ ਯਤਨ ਕੀਤਾ। ਓਕੇ, ਇੱਕ ਮੁੰਡਾ ਦੱਸ ਦੇਣ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ, ਵੱਡਾ ਬਾਦਲ ਤਾਂ ਚਲੋ ਹੈ ਹੀ ਨਹੀਂ ਉਰੇ, ਸੁਖਬੀਰ ਸਿੰਘ ਬਾਦਲੇ ਦੱਸ ਦੇਵੇ ਕਿ ਕਿਸੇ ਬੰਦੇ ਲਈ ਮੈਂ ਕੋਈ ਯਤਨ ਕੀਤਾ ਹੋਵੇ। ਕਾਲੀ ਸੂਚੀ ਅੱਜ ਤੱਕ ਮੌਜੂਦ ਪਈ ਹੈ, ਕਾਲੀ ਸੂਚੀ ਖਤਮ ਨਹੀਂ ਹੋ ਸਕੀ। ਹਾਲਾਂਕਿ ਜਦੋਂ ਵੀ ਇਹ ਬੀਜੇਪੀ ਮਤਲਬ ਬੀਜੇਪੀ ਦੇ ਪ੍ਰਾਈਮ ਮਿਨਿਸਟਰ ਕੋਲ ਗਏ, ਮਨਮੋਹਨ ਸਿੰਘ ਕੋਲ ਜਾਂ ਆਪਣਾ ਮਨਮੋਹਨ ਸਿੰਘ ਕੋਲ ਗਏ ਜਾਂ ਵਾਜਪਾਈ ਕੋਲ ਗਏ ਤੇ ਜਾਂ ਮਤਲਬ ਹੁਣ ਮੋਦੀ ਕੋਲ ਵੀ ਪਿਛਲੇ ਸਮੇਂ ਚ ਜਾਂਦੇ ਰਹੇ, ਇਹ ਦੱਸ ਦੇਣ ਕਿ ਇਹਨਾਂ ਨੇ ਕਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਉੱਥੇ ਕੋਈ ਯਤਨ ਕੀਤਾ ਜੀ, ਕੋਈ ਕਾਲੀ ਸੂਚੀ ਖਤਮ ਕਰਾਉਣ ਦਾ ਯਤਨ ਕੀਤਾ, ਕੁਝ ਵੀ ਨਹੀਂ ਕੀਤਾ। ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਰੀਏ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰਧਾਨਗੀ ਕਾਇਮ ਰੱਖ ਕੇ ਆਪਣਾ ਵਪਾਰ ਕਾਇਮ ਰੱਖਿਆ ਹੋਇਆ। ਸਰਦਾਰ ਸਿਕੰਦਰ ਸਿੰਘ ਮਲੂਕਾ ਇਹਨਾਂ ਦੀ ਮੁੱਛ ਦਾ ਬਾਲ ਹੈ, ਹੁਣ ਤਾਂ ਚਲੋ ਛੱਡ ਗਿਆ। ਉਹਦੇ ਸ਼ਬਦ ਨੇ, ਕਹਿੰਦਾ ਸੁਖਬੀਰ ਸਿੰਘ ਬਾਦਲ ਕਦੇ ਵੀ ਪ੍ਰਧਾਨਗੀ ਨਹੀਂ ਛੱਡੇਗਾ। ਮੈਂ ਕਿਹਾ ਜੀ ਕਿਉਂ? ਕਹਿੰਦਾ ਉਹਦਾ ਵਪਾਰ ਚੱਲਦਾ ਜੀ। ਅੱਛਾ, ਇਹ ਗੱਲ ਉਹਨੇ ਕਹੀ ਮਲੂਕਾ ਨੇ? ਉਹਨੇ ਕਹੀ। ਕਹਿੰਦਾ ਮੈਂ ਜੀ ਕਿਵੇਂ ਪ੍ਰਧਾਨਗੀ ਦਾ ਵਪਾਰ ਚੱਲਦਾ? ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਦੇ ਜ਼ਰੀਏ ਉਹਨੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਹੋਇਆ ਤੇ ਪੀਟੀਸੀ ਦੇ ਚੈਨਲ ਰਾਹੀਂ ਵਿਦੇਸ਼ਾਂ ਵਿੱਚ ਪਾਉਂਡਾਂ ਦੇ ਰਾਹੀਂ ਕਨੈਕਸ਼ਨ ਜਾਂਦੇ ਨੇ। ਜੇ ਕਿਸੇ ਬੰਦੇ ਨੇ ਕੋਈ ਕਨੈਕਸ਼ਨ ਲੈਣਾ ਤਾਂ ਪਾਉਂਡਾਂ ਚ ਪੈਸੇ ਆਉਂਦੇ ਨੇ, ਡਾਲਰਾਂ ਚ ਆਉਂਦੇ ਨੇ, ਜਿਹੜੇ ਕਨਵਰਟ ਹੋ ਕੇ ਇੱਥੇ ਲੱਖਾਂ ਰੁਪਈਆ ਬਣਦਾ ਜੀ। ਤੇ ਉਹਦੇ ਜ਼ਰੀਏ ਕਰੋੜਾਂ ਰੁਪਈਆ ਮਤਲਬ ਪੀਟੀਸੀ ਦੇ ਜ਼ਰੀਏ ਕਮਾਉਂਦਾ ਸੁਖਬੀਰ ਸਿੰਘ ਬਾਦਲ। ਓਕੇ ਓਕੇ, ਜਿੱਦਣ ਕੋਈ ਹੋਰ ਬੰਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ ਜਾਂ ਸ਼੍ਰੋਮਣੀ ਕਮੇਟੀ ਕਿਸੇ ਹੋਰ ਧਿਰ ਕੋਲ ਚਲੀ ਗਈ, ਉਸੇ ਦਿਨ ਹਾਲਾਤ ਦੇਖਿਓ ਮਤਲਬ ਇਹਨਾਂ ਦੇ ਟੱਬਰ ਦੇ ਕੀ ਹੁੰਦੇ ਨੇ ਜੀ। ਪਰ ਇੱਕ ਜਾਣਕਾਰੀ ਮੈਂ, ਜਿਵੇਂ ਹੁਣ ਤੁਸੀਂ ਦੱਸ ਰਹੇ ਹੋ 1978 ਤੋਂ ਤੁਸੀਂ ਸ਼ੁਰੂ ਕੀਤਾ ਆ, ਜੇ ਤੱਕ ਮੈਨੂੰ ਲੱਗਦਾ ਸ਼ਾਇਦ ਤੁਸੀਂ 2024 ਤੱਕ ਆ ਸਕਦੇ ਹੋਵੋ ਤੁਸੀਂ ਸਾਰੀਆਂ ਜਾਣਕਾਰੀਆਂ, ਕਿਉਂਕਿ ਜੇ ਆਪਾਂ ਇਸ ਤੋਂ 2015 ਦੀ ਗੱਲ ਕਰੀਏ ਤੇ ਉਹਦੇ ਵਿੱਚ ਕੋਟ ਕਪੂਰਾ ਕਾਂਡ ਆ ਗਿਆ, ਬਹਿਬਲ ਕਲਾਂ ਕਾਂਡ ਆ ਗਿਆ, ਬਰਗਾੜੀ ਕਾਂਡ ਆ ਗਿਆ, ਬੇਅਦਬੀਆਂ ਦਾ ਬਹੁਤ ਵੱਡਾ ਕੁਛ ਆ ਗਿਆ, ਬਹੁਤ ਕੁਛ ਆਇਆ। ਪਰ ਸਵਾਲ ਪੈਦਾ ਹੋ ਗਿਆ ਵੀ ਜਿਹੜੀਆਂ ਚੀਜ਼ਾਂ ਤੁਸੀਂ ਗਿਣਾ ਰਹੇ ਹੋ, ਕੀ ਖੇੜਾ ਸਾਹਿਬ ਨੂੰ ਇਹਨਾਂ ਬਾਰੇ ਪਤਾ ਨਹੀਂ ਹੈ ਜਾਂ ਇਹਨਾਂ ਨੂੰ ਅੱਖੋਂ ਪਰੋਖੀ ਉਹਨਾਂ ਨੇ ਕਰਕੇ ਤੇ ਬਾਦਲਾਂ ਦੀ ਤਾਰੀਫ ਕੀਤੀ ਹੈ? ਦੇਖੋ, ਜਦੋਂ ਸਰਸੇ ਵਾਲੇ ਸਾਧ ਨੇ ਮਤਲਬ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦਾ ਸਦਾਂਗ ਰਚਾਇਆ ਉਦੋਂ ਪੰਥ ਦੇ ਅੰਦਰ ਬਹੁਤ ਵੱਡਾ ਗੁੱਸਾ ਅਤੇ ਰੋਹ ਸੀ ਜੀ। ਦਮਦਮਾ ਸਾਹਿਬ ਇੱਕ ਬਹੁਤ ਵੱਡਾ ਇਕੱਠ ਹੋਇਆ, ਉਸ ਇਕੱਠ ਵਿੱਚ ਏਦਾਂ ਲੱਗਦਾ ਸੀ ਕਿ ਪੰਥ ਅੱਜ ਕੋਈ ਕਿਸੇ ਵੀ ਐਸੇ ਲੀਡਰ ਨੂੰ ਬਖਸ਼ੇਗਾ ਨਹੀਂ ਜਿਹੜਾ ਕਿਤੇ ਮਾੜਾ ਮੋਟਾ ਸਰਸੇ ਵਾਲੇ ਸਾਧ ਨਾਲ ਕੋਈ ਸਾਂਝ ਰੱਖਦਾ ਹੋਵੇ। ਉਦੋਂ ਜਥੇਦਾਰਾਂ ਨੇ
ਮਤਲਬ ਕਹਿ ਦਿੱਤਾ ਵੀ ਉਹਦੇ ਨਾਲ ਕੋਈ ਸਾਂਝ ਨਹੀਂ ਰੱਖੀ ਜਾਏਗੀ, ਜਿਹੜਾ ਰੱਖੇਗਾ ਉਹਨੂੰ ਮਤਲਬ ਉਹਦੇ ਖਿਲਾਫ ਕਾਰਵਾਈ ਹੋਏਗੀ। ਬਦਕਿਸਮਤੀ ਇਹ ਕਿ ਵੋਟਾਂ ਮੰਗਣ ਤਾਂ ਗਏ ਪਰ ਵੋਟਾਂ ਮੰਗਣ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਚਰਨਜੀਤ ਸਿੰਘ ਬਰਾੜ ਦੀ ਸਟੇਟਮੈਂਟ ਹੈ, ਉਹਨੇ ਕਿਹਾ ਕਿ ਮੈਨੂੰ ਕਿਹਾ ਸੁਖਬੀਰ ਸਿੰਘ ਬਾਦਲ ਨੇ ਕਿ ਤੁਸੀਂ ਸਰਸੇ ਵਾਲਿਆਂ ਨਾਲ ਜਿੰਨੇ ਆਪਣੇ ਕੈਂਡੀਡੇਟ ਨੇ ਉਹਨਾਂ ਦੀ ਮੁਲਾਕਾਤ ਕਰਾਓ ਤਾਂ ਕਿ ਉਹਨਾਂ ਨੂੰ ਵੋਟਾਂ ਦਾ ਪ੍ਰਬੰਧ ਕਰ ਦਿੱਤਾ ਜਾ ਸਕੇ। ਓਕੇ, ਅਕਾਲੀ ਦਲ ਦੇ ਪ੍ਰਧਾਨ ਨੇ ਖਾਲਸਾ ਪੰਥ ਦੇ ਸਭ ਤੋਂ ਸੁਪਰੀਮ ਤਖ਼ਤ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮੇ ਦੀ ਪਹਿਰੇਦਾਰੀ ਕਰਨੀ ਤੇ ਕਰਾਉਣੀ ਹੁੰਦੀ ਹੈ, ਲੇਕਿਨ ਉਹਨੇ ਆਪ ਵੀ ਤੋੜੀ ਤੇ ਨਾਲਿਆਂ ਨੂੰ ਵੀ ਮਤਲਬ ਉਹ ਪਹਿਰੇਦਾਰੀ ਕਰਨ ਤੋਂ ਰੋਕਿਆ ਜੀ। ਉਲਟਾ ਸਰਸੇ ਵਾਲੇ ਦੇ ਵੋਟਾਂ ਮੰਗਣ ਗਏ ਜੀ, ਤੇ ਜਿਹਨਾਂ ਨੇ ਵੋਟਾਂ ਮੰਗੀਆਂ ਉਹਨਾਂ ਨੂੰ ਅਕਾਲ ਤਖ਼ਤ ਤੇ ਉਹ ਜਾ ਕੇ ਉਹਨਾਂ ਨੇ ਮਾਫ਼ੀ ਮੰਗੀ, ਤੇ ਸੁਖਬੀਰ ਸਿੰਘ ਬਾਦਲ ਜਿਹੜਾ ਸਭ ਤੋਂ ਵੱਡਾ ਜਿਹਦਾ ਇਹਦੇ ਚ ਰੋਲ ਸੀ ਉਹ ਅੱਜ ਤੱਕ ਵੀ ਨਾ ਅਕਾਲ ਤਖ਼ਤ ਨੇ ਉਹਨੂੰ ਸੱਦਿਆ ਤੇ ਨਾ ਉਹਨੇ ਅਕਾਲ ਤਖ਼ਤ ਤੇ ਕਦੇ ਮਾਫ਼ੀ ਮੰਗੀ ਜੀ। ਤੇ ਉਸ ਤੋਂ ਬਾਅਦ ਸਰਸੇ ਵਾਲੇ ਉਸ ਪਖੰਡੀ ਦੇ ਖਿਲਾਫ ਅਸੀਂ ਮੋਰਚਾ ਲਾਇਆ ਤੇ ਸਾਨੂੰ ਫੜ ਕੇ, ਮੈਂ ਸੀ, ਭਾਈ ਦਲਜੀਤ ਸਿੰਘ ਬਿੱਟੂ ਸੀ, ਕਮਰਪਾਲ ਸਿੰਘ ਦਲ ਖਾਲਸਾ ਵਾਲੇ, ਭਾਈ ਮੋਹਕਮ ਸਿੰਘ, ਆਪਣਾ ਜਸਪਾਲ ਸਿੰਘ, ਹਰਪਾਲ ਸਿੰਘ ਚੀਮਾ, ਸਾਨੂੰ ਬਠਿੰਡੇ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਜੀ। ਹਾਲਾਂਕਿ ਮੈਂ ਤਾਂ ਪੱਕਾ ਅਕਾਲੀ ਸੀ, ਅਕਾਲੀ ਦਲ ਦੇ ਨਾਲ ਸੀ, ਮੈਨੂੰ ਵੀ ਨਾਲੇ ਬੰਦ ਕਰ ਦਿੱਤਾ, ਬਾਕੀਆਂ ਦੇ ਬਾਕੀ ਤਾਂ ਚਲੋ ਬਾਕੀ ਨੇ ਕਿਤੇ ਨਾ ਕਿਤੇ, ਤੇ ਮੈਂ ਸਮਝਦਾ ਬਈ ਉਦੋਂ ਲੋੜ ਤਾਂ ਇਸ ਗੱਲ ਦੀ ਸੀ ਕਿ ਜਿਨ੍ਹਾਂ ਬੰਦਿਆਂ ਨੇ ਪਾਪ ਕੀਤਾ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਦੇ। ਮੁਕੱਦਮਾ ਦਰਜ ਕੀਤਾ ਸਰਸੇ ਵਾਲੇ ਸਾਹਿਬ ਦੇ ਖਿਲਾਫ, ਜਿਹੜੇ ਨੌਜਵਾਨ ਨੇ ਮੁਕੱਦਮਾ ਦਰਜ ਕਰਾਇਆ ਜੀ, ਸੁਖਬੀਰ ਸਿੰਘ ਬਾਦਲ ਨੇ ਉਹਨੂੰ ਆਪਣੇ ਘਰ ਬੁਲਾ ਕੇ ਕਿਹਾ ਵੀ ਤੁਸੀਂ ਇਹ ਮੁਕੱਦਮਾ ਵਾਪਸ ਲੈ ਲਓ। ਅੱਛਾ, ਉਹਨੇ ਜਵਾਬ ਉਹਨੇ ਆਪਣਾ ਜਵਾਬ ਦੇ ਦਿੱਤਾ। ਜਿਹੜੇ ਜਿਹੜੇ ਜੱਜ ਕੋਲੋਂ ਮੁਕੱਦਮਾ ਗਿਆ ਉਹ ਜੱਜ ਨੂੰ ਅਪਰੋਚ ਕੀਤੀ, ਉਹਨੇ ਪਹਿਲੇ ਜੱਜ ਨੇ ਮੰਨਿਆ ਨਾ, ਫਿਰ ਦੂਜੇ ਜੱਜ ਕੋਲ ਗਿਆ, ਫਿਰ ਦੂਸਰੇ ਜੱਜ ਕੋਲ ਜਦੋਂ ਮੁਕੱਦਮਾ ਸੀ ਉਹਦੇ ਘਰ ਵਾਲੀ ਨੂੰ ਜਿਹੜੀ ਇੱਕ ਆਪਣਾ ਕੀ ਕਹਿੰਦੇ ਆਈ ਟੀ ਡਿਪਾਰਟਮੈਂਟ ਦਾ ਆਪਣਾ ਉਹ ਲਾਇਆ ਮੈਂਬਰ ਬਣਾਇਆ ਉਹਦੀ ਘਰ ਵਾਲੀ, ਉਹਦੇ ਕੋਲੋਂ ਇਹ ਫਾਇਦਾ ਲਿਆ ਬਈ ਸਰ ਉਹਨੂੰ ਆਪਣਾ ਉਹਦੇ ਕੋਲੋਂ ਕੇਸ ਵਾਪਸ ਕਰਾਇਆ। ਫਿਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਸਰੂਪ ਦੀ ਬੇਅਦਬੀ ਹੋਈ। ਬੇਅਦਬੀ ਕਰਨ ਵਾਲੇ ਬੰਦਿਆਂ ਨੂੰ ਸਜ਼ਾ ਦੇਣ ਦੀ ਬਜਾਏ ਸੁਖਬੀਰ ਸਿੰਘ ਬਾਦਲ ਨੇ ਸਿਕਿਉਰਿਟੀ ਦਿੱਤੀ, ਉਹਨਾਂ ਨੂੰ ਜਿਫਸੀਆਂ ਦਿੱਤੀਆਂ, ਉਹਨਾਂ ਨੂੰ ਮੀਡੀਏਟਰ ਬਣਾਇਆ ਸਰਸੇ ਵਾਲੇ ਸਾਧ ਨਾਲ ਗੱਲਬਾਤ ਕਰਨ ਦੇ ਲਈ। ਇਸ ਤੋਂ ਵੱਡਾ ਪਾਪ ਤੇ ਗੁਨਾਹ ਹੋਰ ਕੀ ਹੋ ਸਕਦਾ ਜੀ? ਇਹ ਗੱਲਾਂ ਖੇੜਾ ਸਾਹਿਬ ਨੂੰ ਦੇਖਣੀਆਂ ਚਾਹੀਦੀਆਂ ਨੇ, ਸੁਣਨੀਆਂ ਚਾਹੀਦੀਆਂ ਨੇ, ਪੜ੍ਹਨੀਆਂ ਚਾਹੀਦੀਆਂ ਨੇ, ਤੇ ਨੰਬਰ 2 ਤੇ ਫਿਰ ਉਹਨੂੰ ਇਸ ਗੱਲ ਦਾ ਉਹਨਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਜਿਹਨਾਂ ਬੰਦਿਆਂ ਨੇ ਪੰਜਾਬ ਦੀ ਸਰਜ਼ਮੀਨ ਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਸਮੇਤ ਸਿੰਘ ਸੈਣੀ ਵਰਗੇ ਕਾਤਲਾਂ ਨੇ, ਉਹਨਾਂ ਬੰਦਿਆਂ ਦੀ ਪੁਸਤ ਪਨਾਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਜੀ। ਇਹ ਗੱਲ ਵੀ ਖੇੜਾ ਸਾਹਿਬ ਨੂੰ ਪੜ੍ਹਨੀ ਚਾਹੀਦੀ ਹੈ। ਤੇ ਮੈਂ ਇਹ ਸਮਝਦਾ ਕਿ ਖੇੜਾ ਸਾਹਿਬ ਮੈਨੂੰ ਨਹੀਂ ਪਤਾ ਵੀ ਕਿਹੜੇ ਭਰਮ 'ਚ ਰਹਿ ਕੇ ਉਹਨਾਂ ਦੀ ਮਤਲਬ ਵਕਾਲਤ ਕਰਦੇ ਨੇ, ਪਰ ਉਹਦੇ ਵਰਗੇ ਕੁਰਬਾਨੀ ਵਾਲੇ ਬੰਦੇ ਨੂੰ ਘੱਟੋ ਘੱਟ ਸੁਖਬੀਰ ਸਿੰਘ ਬਾਦਲ ਦੀ ਵਕਾਲਤ ਨਹੀਂ ਕਰਨੀ ਚਾਹੀਦੀ ਤੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਪੰਥ ਅੱਜ ਬਹੁਤ ਗੁੱਸੇ ਅਤੇ ਰੋਹ ਦੇ ਵਿੱਚ ਹੈ, ਸੰਗਤ ਗੁੱਸੇ ਅਤੇ ਰੋਹ ਵਿੱਚ ਹੈ, ਨਾ ਇਹਨਾਂ ਦੇ ਮਤਲਬ ਨਾਲ ਗੁਰੂ ਹੈ, ਨਾ ਇਹਨਾਂ ਦੇ ਨਾਲ ਗੁਰੂ ਪੰਥ ਹੈ, ਨਾ ਸ੍ਰੀ ਅਕਾਲ ਤਖ਼ਤ ਜੀ। ਐਸੀ ਸਥਿਤੀ ਵਿੱਚ ਕੋਈ ਬੰਦਾ ਇਹਨਾਂ ਦੀ ਵਕਾਲਤ ਕਰੇਗਾ ਤੇ ਮੈਂ ਸਮਝਦਾ ਉਹ ਆਪਣੀ ਹੇਠੀ ਕਰਾਏਗਾ, ਪੰਥ ਵਿੱਚ ਜ਼ਰੂਰਤ ਨਹੀਂ ਹੈ ਕਰਵਾਉਣ। ਪਰ ਸਵਾਲ ਪੈਦਾ ਹੋ ਗਿਆ ਵੀ ਖੇੜਾ ਸਾਹਿਬ ਦੀ ਕੀ ਮਜਬੂਰੀ ਹੋ ਸਕਦੀ ਹੈ? ਦੇਖੋ, ਮਜਬੂਰੀ ਤਾਂ ਹੁਣ ਖੇੜਾ ਸਾਹਿਬ ਨੂੰ ਪਤਾ ਹੋ ਸਕਦਾ ਵੀ ਕੀ ਹੈ, ਮੈਨੂੰ ਤਾਂ ਲੱਗਦਾ ਵੀ ਉਹਨਾਂ ਦਾ ਜਾਤੀ ਝਗੜਾ ਹੈ
ਮਤਲਬ ਉੱਥੇ ਅੰਮ੍ਰਿਤਪਾਲ ਸਿੰਘ ਦੇ ਉਹਨਾਂ ਦੇ ਪਰਿਵਾਰ ਨਾਲ ਉਸ ਜਾਤੀ ਝਗੜੇ ਨੂੰ ਸਾਹਮਣੇ ਰੱਖ ਕੇ ਗੁੱਸਾ ਉਹਦਾ ਕਿਤੇ ਨਾ ਕਿਤੇ ਉਹਨਾਂ ਦੇ ਪਰਿਵਾਰ ਨਾਲ ਹੈ ਜੀ। ਤੇ ਮਤਲਬ ਕੱਢਦਾ ਪੂਰੇ ਪੰਥ ਉੱਤੇ ਆ ਉਹਨਾਂ ਨੇ ਭਾਈ ਜਸਵੀਰ ਸਿੰਘ ਰੋਡੇ ਦਮਦਮੀ ਟਕਸਾਲ ਦੇ ਮਤਲਬ ਸਿੰਘ ਰਹੇ ਨੇ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਰਹੇ ਨੇ, ਸੰਤ ਜਰਨੈਲ ਸਿੰਘ ਦੇ ਭਤੀਜੇ ਨੇ, ਤੇ ਉਹਨਾਂ ਦੇ ਪਰਿਵਾਰ ਤੇ ਵੀ ਚਿੱਕੜ ਸੁੱਟਣਾ। ਭਾਈ ਦਲਜੀਤ ਬਲਜੀਤ ਸਿੰਘ ਦਾਦੂਵਾਲ ਉਹਨਾਂ ਦੇ ਕੀਰਤਨੀਆ ਸਿੰਘ ਹੈ ਉਹਦੇ ਤੇ ਚਿੱਕੜ ਸੁੱਟਣਾ, ਇਹ ਗੱਲਾਂ ਚੰਗੀਆਂ ਨਹੀਂ ਹਨ। ਔਰ ਬਿਲਕੁਲ ਜੀ, ਤੁਸੀਂ ਬੜੀਆਂ ਸੋਹਣੀਆਂ ਜਾਣਕਾਰੀਆਂ ਦਿੱਤੀਆਂ ਨੇ ਪੰਜੋਲੀ ਸਾਹਿਬ। ਭਾਈ ਅੰਮ੍ਰਿਤਪਾਲ ਸਿੰਘ ਬਾਰੇ ਵੀ ਉਹਨਾਂ ਨੇ ਕਿਹਾ ਵੀ ਇਹ ਸਿਰ ਦੇਣ ਦੀ ਗੱਲ ਕਰਦੇ ਸੀ, ਸਿਰ ਦਿੱਤਾ ਕਿੱਥੇ, ਚਾਰ ਲੱਤਾਂ ਵਾਲੀ ਕੁਰਸੀ ਦੇ ਵਿੱਚ ਜਾ ਕੇ ਦਿੱਤਾ ਵੀ ਕਰੀਬ। ਉਹਨਾਂ ਨੇ ਆਪਣੀ ਇੱਕ ਸਪੀਚ ਦੇ ਵਿੱਚ ਜੇ ਦੇਖੀਏ ਤੇ ਪੰਥਕ ਚਿਹਰੇ ਜਿਹੜੇ ਸੀ ਲੰਮੇ ਸਮੇਂ ਤੋਂ ਵਿਚਰਦੇ ਸੀ, ਸਾਰਿਆਂ ਨੂੰ ਸ਼ੱਕੀ ਕਰਨ ਦਾ ਯਤਨ ਕੀਤਾ, ਬਾਦਲਾਂ ਨੂੰ ਸਹੀ ਸਾਬਤ ਕਰਨ ਦਾ ਬੜਾ ਵੱਡਾ ਪ੍ਰਯਾਸ ਕੀਤਾ ਆ, ਤੇ ਉਹ ਕਾਫੀ ਲੋਕ ਜਿੱਥੋਂ ਤੱਕ ਅੰਮ੍ਰਿਤਪਾਲ ਸਿੰਘ ਦਾ ਮਸਲਾ, ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤ ਪ੍ਰਚਾਰ ਦੀ ਲਹਿਰ ਚਲਾਈ ਸੀ। ਮੈਂ ਜਿਹੜੇ ਮੁੰਡੇ ਮਤਲਬ ਉਹਦੇ ਨਾਲ ਜੇਲ੍ਹ 'ਚ ਨੇ, ਡਿਬਰੂਗੜ੍ਹ ਜੇਲ੍ਹ 'ਚ, ਮੈਂ ਉਹਨਾਂ ਸਾਰਿਆਂ ਦੇ ਘਰਾਂ 'ਚ ਗਿਆ। ਉਹ ਸਾਰੇ ਗਰੀਬ ਘਰਾਂ ਦੇ ਬੱਚੇ ਨੇ, ਸਾਰੇ ਨਸ਼ੇੜੀ, ਤੇ ਅੰਮ੍ਰਿਤਪਾਲ ਨੇ ਉਹਨਾਂ ਨੂੰ ਪ੍ਰੇਰ ਕੇ ਅੰਮ੍ਰਿਤ ਛਕਾਇਆ, ਸਿੰਘ ਸਜਾਇਆ, ਬਾਣੇ ਪਹਿਨ ਆਏ, ਗੁਰੂ ਦੇ ਲੜ ਲਾਇਆ। ਉਹ ਵੱਡਾ ਵੱਡਾ ਪ੍ਰਚਾਰਕ ਬਣ ਸਕਦਾ ਸੀ ਕੌਮ ਦਾ, ਕੌਮ ਨੂੰ ਉਹਦੀ ਮਤਲਬ ਸਰਪ੍ਰਸਤੀ ਕਰਨੀ ਚਾਹੀਦੀ ਸੀ, ਲੇਕਿਨ ਬਦਕਿਸਮਤੀ ਕਿ ਉਹਦੀ ਮਦਦ ਨਹੀਂ ਕੀਤੀ ਕੌਮ ਨੇ, ਕਰਨੀ ਚਾਹੀਦੀ ਸੀ ਉਹਨੂੰ, ਉਹਦਾ ਰਾਹ ਮਤਲਬ ਜਿਹੜਾ ਸਰਕਾਰ ਉਹਦੇ ਦੇ ਖਿਲਾਫ ਧੱਕਾ ਕਰਦੀ ਸੀ, ਉਹ ਰਾਹ ਸਰਕਾਰ ਦਾ ਰੁਕਣਾ ਚਾਹੀਦਾ ਸੀ। ਤੇ ਅੱਜ ਉਹਦੇ ਨਾਲ ਜੋ ਜਿਸ ਕਿਸਮ ਦਾ ਧੱਕਾ ਹੋਇਆ, ਉਹ ਉਹਦਾ ਨਤੀਜਾ ਹੀ ਹੈ ਕਿ ਉਹ ਸਭ ਤੋਂ ਵੱਧ ਵੋਟਾਂ ਲੈ ਕੇ ਖਡੂਰ ਸਾਹਿਬ ਤੋਂ ਜੇਤੂ ਸਾਬਤ ਹੋਇਆ। ਜੇ ਅੰਮ੍ਰਿਤਪਾਲ ਸਿੰਘ ਦੀ ਗੱਲ ਠੀਕ ਸੀ, ਉਹਦਾ ਰਸਤਾ ਠੀਕ ਸੀ, ਤੇ ਸਰਕਾਰ ਦਾ ਧੱਕਾ ਸੀ, ਤਾਂ ਹੀ ਮਤਲਬ ਪੰਥ ਨੇ ਉਹਦੇ ਹੱਕ 'ਚ ਫਤਵਾ ਦਿੱਤਾ। ਤੇ ਮੈਂ ਸਮਝਦਾ ਵੀ ਉਹਦੇ ਖਿਲਾਫ ਈਰਖਾ ਕਰਨ ਦੀ ਬਜਾਏ ਬਲਕਿ ਯਤਨ ਇਹ ਕਰਨਾ ਚਾਹੀਦਾ ਕਿ ਕੌਮ ਦੀ ਇੱਕ ਨਵੀਂ ਪੀੜ੍ਹੀ ਜੋ ਇੱਕ ਨਵਾਂ ਲੀਡਰ ਉੱਭਰ ਰਿਹਾ, ਜੇ ਕਿਤੇ ਮਾੜੀ ਮੋਟੀ ਉਹਦੇ 'ਚ ਹੋਣ ਤਾਂ ਹੀ ਆ, ਸਾਨੂੰ ਸੁਧਾਰ ਕੇ ਉਹਨੂੰ ਕੌਮ ਦਾ ਆਗੂ ਬਣਾਉਣ ਦੇ ਉਪਰਾਲੇ ਕਰਨੇ ਚਾਹੀਦੇ ਨੇ। ਜਿਹਦਾ ਇਹ ਮਤਲਬ ਥੋੜੋ ਆ, ਜੇ ਕੌਮ ਨੇ ਉਹਦੇ ਹੱਕ 'ਚ ਫਤਵਾ ਦਿੱਤਾ, ਈਰਖਾ ਬਸ ਅਸੀਂ ਉਹਦੇ ਖਿਲਾਫ ਬੋਲੀ ਜਾਈਏ। ਜੀ ਬਿਲਕੁਲ ਜੀ, ਪੰਜੋਲੀ ਸਾਹਿਬ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦੀ ਹਾਂ। ਜਲਦੀ ਕਿਸੇ ਹੋਰ ਕੌਮੀ ਮੁੱਦੇ ਤੇ ਤੁਹਾਡੇ ਨਾਲ ਜਹਦਰ ਸਾਹਿਬ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਫਤਿਹ ਫਤਿਹ।